ਸਿਰ ਬੀਜੈ ਪਾਣ ਬੀਜੈ ਗਗਨ ਦੁਨਾਮਾ ਵਾਜੇ ਪਰਮ ਨਿਸ਼ਾਨ ਗਾਓ ਸੱਚ ਹੈ ਜਿਹੜਾ ਇਹ ਸੁੱਖ ਨੇ ਉਹ ਸੱਚੇ ਨਹੀਂ
ਜੇਕਰ ਜੀਵ ਦੇ ਸੁੱਖ ਭੋਗਦੇ ਹਾਂ, ਇੰਦਰੀ ਦੇ ਸੁੱਖ ਭੋਗਦੇ ਹਾਂ, ਕੰਨਾਂ ਦੇ ਆਸ ਮਾਣਦੇ ਹਾਂ, ਅੱਖਾਂ ਦੇ ਆਸ ਮਾਣਦੇ ਹਾਂ, ਇਹ ਰਿਫਲੈਕਸ਼ਨ ਪੈਂਦੀ ਹੈ, ਅਕਸ ਪੈਂਦਾ, ਅਸਲੀਅਤ ਨਹੀਂ ਹੈ। ਅਸੀਂ ਅਕਸ ਨੂੰ ਦੇਖ ਕੇ, ਇਸ ਰਿਫਲੈਕਸ਼ਨ ਨੂੰ ਦੇਖ ਕੇ ਭੁੱਲੇ ਹੋਏ ਹਾਂ। ਉਸ ਰਿਫਲੈਕਸ਼ਨ ਨੂੰ ਹੀ, ਅਕਸ ਨੂੰ ਹੀ ਦੇਖ ਕੇ ਅਸੀਂ ਜਿਹੜੀ ਨਕਲ ਹੈ ਉਸਨੂੰ ਦੇਖ ਕੇ ਅਸੀਂ ਕਹਿੰਦੇ ਵੀ ਇਹੀ ਅਸਲ ਹੈ, ਇਹੀ ਸੁੱਖ ਹੈ। ਪਰ ਜਦੋਂ ਮੁੱਕ ਜਾਂਦਾ ਹੈ, ਹੁਣ ਰੋਟੀ ਖਾਂਦੇ ਰੋਟੀ ਖਾ ਕੇ ਬੜਾ ਸਵਾਦ ਹੁੰਦਾ, ਬੜਾ ਸਵਾਦ ਹੁੰਦਾ, ਨਸ਼ੇ ਪੀਂਦੀ ਦੁਨੀਆ ਬੜਾ ਸਵਾਦ ਹੁੰਦਾ, ਪਰ ਉਹ ਨਸ਼ਾ ਫੇਰ ਮੁੱਕ ਜਾਂਦਾ, ਫੇਰ ਪੀਣਾ ਪੈਂਦਾ, ਫੇਰ ਮੁੱਕ ਜਾਂਦਾ। ਭੋਗ ਹਨ, ਭੋਗ ਭੋਗਦਾ ਜੀ, ਫੇਰ ਮੁੱਕ ਜਾਂਦੇ ਹਨ ਸਵਾਦ, ਫੇਰ ਮੁੱਕਦਾ, ਫੇਰ ਭੋਗਦਾ, ਫੇਰ ਮੁੱਕਦਾ, ਰੋਗ ਖੜੇ ਕਰ ਲੈਂਦਾ ਹੈ, ਪਰ ਇਹ ਭੋਗ ਮੁੱਕਦੇ ਨਹੀਂ। ਸੋ ਜਿੰਨੇ ਸੁੱਖ ਹਨ, ਇਹ ਸਾਰੇ ਹੀ ਉਸਦਾ ਅਕਸ ਹਨ, ਨਕਲ ਹਨ, ਉਸਦੀ ਅਸਲ ਨਹੀਂ। ਇਹ ਮਨੁੱਖ ਆ ਜਿਹੜਾ ਸਾਰਾ ਇਹ ਭੁੱਲਿਆ ਹੋਇਆ, ਭਟਕਿਆ ਹੋਇਆ, ਉਸ ਨਕਲ ਨੂੰ ਹੀ, ਪਰਛਾਵੇ ਨੂੰ ਹੀ ਪੜਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਸਾਰੀ ਉਮਰ, ਉਮਰ ਨਹੀਂ, ਉਮਰਾਂ ਹੀ ਲੰਘ ਜਾਂਦੀਆਂ ਨੇ, ਫਿਰ ਜਨਮ ਲੈਂਦਾ, ਫਿਰ ਮਰ ਜਾਂਦਾ, ਫਿਰ ਜਨਮ ਲੈਂਦਾ, ਫਿਰ ਮਰ ਜਾਂਦਾ। ਸੋ ਜਦੋਂ ਇਹ ਸਰੀਰ ਵੱਲ ਮੂੰਹ ਕਰਦਾ ਹੈ, ਸੱਚੇ ਵੱਲ ਮੂੰਹ ਕਰਦਾ ਹੈ, ਫਿਰ ਜੋ ਸਰੀਰ ਦਾ ਪਤਾ ਲੱਗਦਾ, ਉਹ ਸੌਖਾ ਕੰਮ ਹੈ, ਉਹ ਸਰੀਰ ਸੁਣਾਉਣ ਦੱਸਾਉਂਦਾ, ਗੁਰੂ ਦੱਸਾਉਂਦਾ। ਜਦੋਂ ਗੁਰੂ ਦੇ ਚਰਨਾਂ ਨੂੰ ਪੜ ਲੈਂਦਾ ਹੈ, ਫਿਰ ਗੁਰੂ ਵਿੱਚ ਸੱਚ ਦੇ ਦਿੰਦਾ, ਸੱਚਾ ਮਨ ਦੇ ਦਿੰਦਾ, ਫਿਰ ਉਹ ਸਰੀਰ ਦਾ ਪਰਛਾਵਾਂ ਜਿਹੜਾ ਉਹ ਅਕਸ ਹੈ, ਉਹਦੇ ਨਾਲ ਤੋੜ ਕੇ ਸੱਚ ਨਾਲ ਜੋੜ ਜਾਂਦਾ। ਜਿਹਨੂੰ ਅਸਲੀਅਤ ਮਿਲ ਜਾਵੇ, ਉਹਨੇ ਨਕਲ ਵੱਲ ਵੱਧ ਜਾਣਾ। ਇਸ ਕਰਕੇ ਸਤਿਗੁਰੂ ਜੀ ਦਇਆ ਕਰਦੇ ਹਨ, ਸਾਹਿਬ ਸਿਉਂ ਮਨ ਮਾਨਿਆ, ਜਿਹਦਾ ਮਨ ਹੈ ਇਹ ਭੁਲੇਖਿਆਂ ਦੇ ਵਿੱਚੋਂ ਨਿਕਲ ਕੇ, ਇਸ ਝੂਠ ਦੇ ਵਿੱਚੋਂ ਨਿਕਲ ਕੇ, ਇਸ ਅਕਸ ਦੇ ਵਿੱਚੋਂ ਨਿਕਲ ਕੇ ਸੱਚੇ ਦੇ ਨਾਲ ਜੁੜ ਜਾਵੇ, ਉਹ ਵਾਹਿਗੁਰੂ ਨੂੰ ਸਾਰੇ ਪਾਸੇ ਦੇਖਦਾ, ਉਹ ਸਾਰੇ ਪਾਸੇ ਸਰੀਰ ਦੇਖਦਾ। ਤੋ ਜਿੰਨੇ ਭੋਗ ਹਨ ਸਾਰੇ, ਇਹ ਇਹ ਸਮੁੰਦਰ ਦੇ ਵਿੱਚੋਂ ਇੱਕ ਡੱਕੇ ਨਾਲ ਇੱਕ ਤੋਪਾ ਚੱਕ ਲਈਏ ਨਾ, ਇਹ ਸਾਰੇ ਉਸ ਤੋਪੇ ਦੇ ਬਰਾਬਰ ਸੁੱਖ ਹਨ। ਜਿਹੜਾ ਵਾਹਿਗੁਰੂ ਦਾ ਭਜਨ ਹੈ, ਜਿਹਨਾਂ ਜਿਹਨਾਂ ਭਜਨ ਕਰਦਾ ਹੈ, ਭਜਨ ਇੱਕ ਹੁੰਦਾ ਭਜਨ ਆਨੰਦ, ਜਿੰਨਾ ਚਿਰ ਕੋਈ ਭਜਨ ਕਰਦਾ ਹੈ, ਸਿਮਰਨ ਕਰਦਾ, ਉਹਨਾਂ ਚਿਰ ਤੱਕ ਉਹਨੂੰ ਸੁੱਖ ਮਿਲਦਾ ਹੈ। ਇੱਕ ਹੁੰਦਾ ਬ੍ਰਹਮ ਗਿਆਨ ਆਨੰਦ, ਜਿੱਥੇ ਪ੍ਰਾਪਤੀ ਹੋ ਜਾਵੇ ਵਾਹਿਗੁਰੂ ਦੀ, ਉਹ ਸਮੁੰਦਰ ਦੀ ਤਰ੍ਹਾਂ ਹੁੰਦਾ ਹੈ, ਉਹ ਸਮੁੰਦਰ ਦਾ ਪਾਣੀ ਕਦੇ ਮੁੱਕਦਾ ਨਹੀਂ, ਬ੍ਰਹਮ ਗਿਆਨ ਦਾ ਆਨੰਦ ਕਦੇ ਮੁੱਕਦਾ ਨਹੀਂ। ਇਸ ਕਰਕੇ ਸਾਨੂੰ ਗੁਰਸਿੱਖ ਨੂੰ ਬ੍ਰਹਮ ਗਿਆਨ ਦਾ ਆਨੰਦ ਲੈਣਾ ਚਾਹੁੰਦੇ ਹਨ ਕਿ ਉੱਥੇ ਆ, ਉੱਥੇ ਕਿਵੇਂ ਪਹੁੰਚ ਸਕਦਾ ਹੈ? ਆ ਗਿਆ ਸੁੱਖ ਮੇਰੇ ਮੀਤਾ ਪਾਛੇ ਆਨੰਦ ਬ੍ਰਹਮ ਕੀਤਾ। ਜਦੋਂ ਤੇਰਾ ਮਨ ਸੱਚੇ ਦੇ ਮਨ ਨਾਲ, ਸੱਚੇ ਦੇ ਕਹੇ ਉਪਦੇਸ਼ ਨਾਲ ਜੁੜ ਗਿਆ, ਜੇ ਆਪਣੇ ਮਨ ਨੂੰ ਤਾਂ ਮਨਾ ਲਿਆ ਕਿ ਮਨ ਹੈ ਜਿਹੜਾ ਉਹ ਸ਼ਬਦ, ਸ਼ਬਦ ਦੇ ਵਿੱਚ ਜੁੜ ਕੇ ਹੀ ਸੁੱਖ ਪ੍ਰਾਪਤ ਹੋ ਸਕਦਾ, ਸ਼ਬਦ ਨਾਲ ਹੀ ਜ਼ਿੰਦਗੀ ਸ਼ੁਰੂ ਜਿਹੜੀ ਹੈ ਸੁਧਰ ਸਕਦੀ ਹੈ, ਸ਼ਬਦ ਨਾਲ ਹੀ ਮਨ ਹੈ ਕਾਬੂ ਦੇ ਵਿੱਚ ਆ ਸਕਦਾ ਹੈ। ਜੇ ਇਹ ਉਪਦੇਸ਼ ਦ੍ਰਿੜ ਕਰ ਲਿਆ ਤਾਂ ਸਤਿਗੁਰੂ ਜੀ ਦਇਆ ਕਰਨ, ਆਪ ਜੈ ਸੁੱਖ ਨਹੀਂ ਮਿਲਦਾ। ਆਉਣ ਵਾਲੀ ਜ਼ਿੰਦਗੀ ਹੈ ਜਿਹੜੀ ਤੇਰਾ ਭਵਿੱਖ ਹੈ, ਉਹ ਸੁੱਖ ਹੀ ਸੁੱਖ ਹੈ ਤੇਰੀ ਜ਼ਿੰਦਗੀ ਦੇ। ਪਾਛੇ ਆਨੰਦ ਪ੍ਰਭ ਕੀਤਾ, ਅਤੇ ਪਿੱਛੇ ਜਿਹੜਾ ਰਹਿ ਗਿਆ ਸਮਾਂ, ਉਹਦੇ ਵਿੱਚ ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਹੀ ਆਨੰਦ ਪ੍ਰਾਪਤ ਹੋਊਗਾ। ਅੱਗੇ ਪਰਲੋਕ ਦਾ ਵੀ ਸੁੱਖ, ਅਤੇ ਜਿਹੜੀ ਪਿੱਛੇ ਜ਼ਿੰਦਗੀ ਰਹੇਗੀ ਉਹਦੇ ਵਿੱਚ ਇਸ ਦੁਨੀਆਂ ਦਾ ਵੀ ਸੁੱਖ। ਲੋਕ ਪਰਲੋਕ ਦੇ ਦੋਵੇਂ ਸੁੱਖ ਗੁਰੂ ਬਖਸ਼ਿਸ਼ ਕਰ ਜਾਂਦਾ, ਜਿਹਦਾ ਮਨ ਸੱਚੇ ਦੇ ਨਾਲ ਮੰਨ ਜਾਵੇ, ਸੱਚੇ ਦੇ ਉਪਦੇਸ਼ ਦੇ ਉੱਤੇ ਜਿਹਨੂੰ ਦ੍ਰਿੜਤਾ ਆ ਜਾਵੇ, ਭਰੋਸਾ ਆ ਜਾਵੇ। ਪਰ ਭਰੋਸਾ ਕਿਵੇਂ ਆਵੇ? ਉਹ ਭਰੋਸਾ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਣਾ, ਉਹ ਫਿਲਮਾਂ ਦੇ ਵਿੱਚੋਂ ਨਹੀਂ ਮਿਲਣਾ, ਉਹ ਭੋਗਾਂ ਦੇ ਵਿੱਚੋਂ ਨਹੀਂ ਮਿਲਣਾ, ਉਹ ਸਾਧ ਸੰਗਤ ਵਿੱਚ ਬੈਠ ਕੇ ਮਿਲਣਾ। ਜੇ ਆਪਾਂ ਕਹਿੰਦੇ ਵੀ ਅਸੀਂ ਦਿਮਾਗ ਸੁਣ ਲੈਂਦੇ ਹਾਂ, ਘਰ ਬੈਠ ਕੇ ਸੁਣ ਲੈਂਦੇ, ਨਹੀਂ, ਉਹ ਵੀ ਸਮਾਂ ਠੀਕ ਗੁਜ਼ਰਦਾ ਹੈ, ਪਰ ਜਿਹੜਾ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ, ਜਿਉਂਦੇ ਜਾਗਦਿਆਂ ਦੀ ਸੰਗਤ ਵਿੱਚ ਆ ਕੇ ਬੈਠ ਕੇ ਆਪਾਂ ਆਨੰਦ ਮਾਣਦੇ ਹਾਂ, ਇੱਥੋਂ ਸਿੱਧ ਪੈਦਾ ਹੁੰਦਾ, ਇੱਥੋਂ ਭਰੋਸਾ ਪੈਦਾ ਹੁੰਦਾ। ਇਹ ਜਿਹਦੇ ਭਰੋਸਾ ਪੈਦਾ ਹੋ ਜਾਵੇ, ਉਹਦੇ ਮਨ ਵਿੱਚ ਨਾਮ ਜਪਣ ਲਈ ਚਾਅ ਪੈਦਾ ਹੁੰਦਾ, ਗੁਰਸਿੱਖੀ ਜੀਵਨ ਹੰਢਾਉਣ ਲਈ, ਗੁਰਬਾਣੀ ਜਿਉਣ ਲਈ ਮਨ ਦੇ ਵਿੱਚ ਚਾਅ ਪੈਦਾ ਹੁੰਦਾ। ਜੇ ਇਹ ਚਾਅ ਪੈਦਾ ਹੋਵੇ, ਫਿਰ ਮਰਦਾ ਨਹੀਂ, ਇਹ ਜ਼ਿੰਦਗੀ ਬਣਾ ਜਾਂਦਾ। ਇਸ ਕਰਕੇ ਕਹਿੰਦੇ ਸਤਿਗੁਰੂ ਜੀ ਕਹਿੰਦੇ, ਪਰਮੇਸ਼ਵਰ ਬੰਦ ਬਣਾਈ, ਪਰਮੇਸ਼ਵਰ ਨੇ ਬੰਦ ਕਿਹੜੀ ਬਣਾਈ ਹੈ? ਸਾਧ ਸੰਗਤ ਬਣਾ ਦਿੱਤੀ, ਬਾਣੀ ਦਾ ਦਾਨ ਦੇ ਦਿੱਤਾ, ਅਤੇ ਸਰੀਰ ਨੂੰ ਸਫਲ ਕਰਨ ਲਈ ਸੇਵਾ ਬਣਾ ਦਿੱਤੀ, ਜੀਵ ਨੂੰ ਸਫਲ ਕਰਨ ਲਈ ਨਾਮ ਜਪਣਾ ਬਣਾ ਦਿੱਤਾ, ਅੱਖਾਂ ਨੂੰ ਦਾਨ ਦੇਣ ਦੇ ਲਈ ਅੱਖਾਂ ਨੂੰ ਸਾਧ ਸੰਗਤ ਦੇ ਦਰਸ਼ਨ ਬਖਸ਼ ਦਿੱਤੇ, ਕੰਨਾਂ ਨੂੰ ਜਿਹੜਾ ਹੈ ਕੰਨਾਂ ਰਾਹੀਂ ਬਾਣੀ ਸੁਣਨ ਦਾ ਦਾਨ ਬਖਸ਼ਿਸ਼ ਕਰ ਦਿੱਤਾ, ਮੱਥਾ ਹੈ ਜਿਹੜਾ ਇਹਨੂੰ ਗੁਰੂ ਚਰਨਾਂ ਨਾਲ ਜੋੜਨ ਦੇ ਲਈ, ਗੁਰੂ ਦੇ ਅੱਗੇ ਮੱਥਾ ਟੇਕਣ ਦੇ ਲਈ ਇਹਦੀ ਸੇਵਾ ਲਾ ਦਿੱਤੀ। ਜੇ ਇਹ ਸੇਵਾ ਕਰਦੇ ਨੇ, ਅੰਗ ਸੰਗ ਪੈਰ ਨੇ ਜਿਹੜੇ ਸੇਵਾ ਕਰਨ ਲਈ ਲਾ ਦਿੱਤੇ, ਸੇਵਾ ਨਾਲ ਸਫਲੇ ਹੋਣਗੇ। ਜੇ ਇਹ ਅੰਗ ਸੇਵਾ ਕਰਦੇ ਨੇ, ਇਹ ਬਣ ਗੁਰੂ ਨੇ ਬਣਾਈ, ਜੇ ਇਹ ਅੰਗ ਕਹਿਣਾ ਮੰਨਦੇ ਹਨ ਗੁਰੂ ਦੇ ਕਹੇ ਅਨੁਸਾਰ, ਤੇ ਸਾਧਸੰਗਤ ਇਹਦੇ ਅੰਦਰ ਡੋਲਣਾ ਖਤਮ, ਇਹ ਡੋਲਦਾ ਨਹੀਂ, ਇਹ ਪੱਕੇ ਪੈਰੀ ਹੋ ਜਾਂਦਾ। ਜਿਹੜਾ ਸਿਰ ਗੁਰੂ ਦੇ ਅੱਗੇ ਸਿਰ
ਇਸ ਵਿੱਚ ਕਹਿੰਦਾ ਇਸ ਬੰਦ ਨੂੰ ਨਹੀਂ ਮੰਗਾ ਤੇ ਗੁਰੂ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਹੁਤੇ ਕਹਿੜੇ ਸ਼ਬਦ ਆਏ। ਬਾਬਾ ਜੀ ਕਹਿੰਦੇ ਫਰੀਦਾ ਜੋ ਸਿਰ ਸਾਈ ਨਾਨਕ ਸੋ ਸਿਰ ਕੀ ਜੈ ਕਾਏ ਉਹਨੇ ਹੇਠ ਜਲਾਈਏ ਬਾਲਣ ਸੰਦੇ। ਜਿਹੜਾ ਸਿਰ ਆ ਕੇ ਇਹ ਹੁਕਮ ਨਹੀਂ ਮੰਨਦਾ ਗੁਰਦੇਵ ਦੇ ਮੱਥਾ ਨਹੀਂ ਟੇਕਦਾ ਤਾਂ ਬਾਬਾ ਜੀ ਕਹਿੰਦੇ ਬਾਬਾ ਫਰੀਦ ਸਾਹਿਬ ਦੀ ਰਸਨਾ ਰਾਹੀਂ ਵਚਨ ਆਇਆ ਹੈ ਉਹਨੇ ਹੇਠ ਜਲਾਈਏ ਉਹਨੂੰ ਜਿਹੜੀ ਹਾਂਡੀ ਹੁੰਦੀ ਹੈ ਚੁੱਲ੍ਹਾ ਤੌੜੀ ਹੈ ਤੌੜੀ ਦੇ ਹੇਠਾਂ ਚੁੱਲ੍ਹੇ ਦੇ ਵਿੱਚ ਜਾ ਸਾੜਨ ਦਿਓ ਉਹ ਸਿਰ ਹੈ ਬਾਲਣ ਦੇ ਕੰਮ ਆਉਣਾ ਚਾਹੀਦਾ ਉਹ ਜਿਉਂ ਦਾ ਬੋਲਣਾ ਇੰਨੇ ਗਹਿਰੇ ਵਚਨ ਆਏ। ਸੋ ਸਿਰਦਾ ਕੰਮ ਮੱਥਾ ਟੇਕਣਾ ਗੁਰਦੇਵ ਜੀ ਮੱਥਾ ਟੇਕਣ ਤੋਂ ਭਾਵ ਕੀ ਹੈ ਗੁਰੂ ਦੇ ਵਚਨਾਂ ਨੂੰ ਹੂ ਹੂ ਮੰਨ ਲੈਣਾ ਹੱਥਾਂ ਪੈਰਾਂ ਦਾ ਕੰਮ ਸੇਵਾ ਕਰਨਾ ਸੋ ਵਿਣ ਸੇਵਾ ਕਰੇਗਾ ਹੱਥ ਪੈਰ ਬਿਨਾਂ ਜਿਹੜੀ ਜਿਹੜੇ ਹੱਥ ਪੈਰ ਸੇਵਾ ਨਹੀਂ ਕਰਦੇ ਇਸ ਵਰਤ ਨੂੰ ਮੰਨਦੇ ਨਹੀਂ ਹੋਰ ਕਰਨੀ ਹੈ ਸਾਰੀ ਉਹ ਕਿਸੇ ਫਲ ਨਹੀਂ ਲੱਗਦਾ ਉਸ ਪਤਨੀ ਨੂੰ ਸਿਰਫ ਸੇਵਾ ਕੀਤੇ ਹੋਏ ਹੱਥ ਪੈਰ ਉਹ ਸਫਲ ਹੁੰਦੇ ਨੇ ਇਹ ਕੀਤੀ ਹੋਈ ਸੇਵਾ ਸਫਲ ਹੁੰਦੀ ਹੈ ਜਿਹਦੇ ਕਰਕੇ ਮਨੁੱਖ ਦਾ ਮਨ ਪਰੋਲ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਇਸੇ ਤਰ੍ਹਾਂ ਅੱਖਾਂ ਹਨ ਅੱਖਾਂ ਨੂੰ ਸਾਧ ਸੰਗਤ ਦੇ ਦਰਸ਼ਨ ਕਰਨ ਲਈ ਕਿਹਾ ਹੈ ਜਿਹੜੀ ਅੱਖਾਂ ਦਰਸ਼ਨ ਨਹੀਂ ਕਰਦੀਆਂ ਸੋ ਉਹ ਤੜਦੀਆਂ ਰਹਿੰਦੀਆਂ ਇਸੇ ਤਰ੍ਹਾਂ ਜੀਵ ਹੈ ਸੋ ਹੇ ਜੇਵਾ ਤੈਨੂੰ ਸਤਖੰਡ ਜਾਮਨਾ ਵਿੱਚੋਂ ਸ੍ਰੀ ਗੋਬਿੰਦ ਹੇ ਜੇਵਾ ਤੈਨੂੰ ਪਿੱਤਰ ਕਰਕੇ ਕੱਟ ਦੇਣਾ ਚਾਹੀਦਾ ਜੇ ਤੂੰ ਨਾਮ ਨਹੀਂ ਜਪਦੀ ਹੈ ਜੇ ਸੱਚਾ ਨਾਮ ਨਹੀਂ ਲੈਂਦੀ ਕੀ ਕਰਾਉਣਾ ਤੈਨੂੰ ਸੋ ਇਹ ਕਹਿਣੇ ਵਜਣਾ ਹੈ ਇਹ ਬੰਟ ਬਣਾਈ ਪਰਮੇਸ਼ਵਰ ਬੰਟ ਬਣਾਈ ਅੰਗ ਪੈਰ ਸਫਲ ਕਰਦੇ ਹਾਂ ਅਨੰਦਪੁਰ ਸਾਹਿਬ ਦਾ ਪਾਠ ਕਰਦੇ ਹਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਅੰਗਾਂ ਦੀ ਸਫਲਤਾ ਵਾਸਤੇ ਅਨੰਦ ਸਾਹਿਬ ਦੇ ਵਿੱਚ ਉਪਦੇਸ਼ ਕੀਤਾ ਹੈ ਜੀਵਾਂ ਨੂੰ ਉਪਦੇਸ਼ ਕੀਤਾ ਹੈ ਰਸਨਾ ਨੂੰ ਕਰਨਾ ਸਾਰਿਆਂ ਇਸ ਕਰਕੇ ਇਹ ਬੰਟ ਬਣਾਈ ਹੈ ਪਰਮੇਸ਼ਵਰ ਬੰਟ ਬਣਾਈ ਫਿਰ ਡੋਲ ਬਣਾਈ ਜਿਹੜਾ ਇਸ ਬੰਟ ਨੂੰ ਸਮਝ ਲੈਂਦਾ ਹੈ ਆਪਣੇ ਸਰੀਰ ਦੇ ਅੰਗਾਂ ਨੂੰ ਸਫਲ ਬਣਾਉਣ ਦੇ ਲਈ ਸੇਵਾ ਦੇ ਵਿੱਚ ਲਾ ਦਿੰਦਾ ਹੈ ਤੇ ਗੁਰੂ ਜੀ ਦਇਆ ਕਰਦੇ ਗੁਰੂ ਅਰਜਨ ਸਾਹਿਬ ਉਹਦੀ ਜ਼ਿੰਦਗੀ ਦੇ ਵਿੱਚ ਅਡੋਲਤਾ ਆ ਜਾਂਦੀ ਜੀ ਉਹ ਡੋਲੇਗਾ ਨਹੀਂ ਮਨ ਉਹਦਾ ਮਾਇਆ ਨੂੰ ਦੇਖ ਕੇ ਡੋਲੇਗਾ ਕਿਉਂਕਿ ਮਾਇਆ ਚਿੱਤ ਪਰਮੇਣ ਇਸ਼ਟ ਮਿਤਰੇਕ ਬੰਧ ਹੈ ਮਾਇਆ ਜਿਹੜੀ ਹੈ ਉਹ ਬੰਦੇ ਨੂੰ ਭੜਕਾਉਂਦੀ ਹੈ ਭੁਲਾ ਦਿੰਦੀ ਹੈ ਕਿਵੇਂ ਇਸ਼ਟ ਜਿਹੜੀ ਚੀਜ਼ ਤੁਹਾਨੂੰ ਬਹੁਤ ਹੀ ਪਿਆਰੀ ਲੱਗੇ ਉਹਦੇ ਰਾਹੀਂ ਆਉਂਦੀ ਹੈ ਮਿੱਤਰੇ ਮਿੱਤਰਾਂ ਨਾਲ ਆਉਂਦੀ ਹੈ ਤੇ ਬੰਧ ਦਾ ਰਿਸ਼ਤੇਦਾਰਾਂ ਨਾਲ ਆਉਂਦੀ ਹੈ ਇਹ ਤਿੰਨ ਅੰਗ ਜਿਹੜੇ ਨੇ ਮਹਾਰਾਜ ਨੇ ਵੀ ਇਹਨਾਂ ਤਿੰਨਾਂ ਦਾ ਰਾਹੀਂ ਆ ਕੇ ਮਾਇਆ ਉਹ ਪਾ ਕੇ ਮਾਰ ਦਿੰਦਾ ਜਿਹੜਾ ਬੰਦਾ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਇਸ ਬੰਧ ਨੂੰ ਅਪਣਾ ਲਵੇ ਤੇ ਉਹਦਾ ਮਨ ਪ੍ਰਬੋਲ ਹੋ ਜਾਂਦਾ ਇਹ ਮਾਇਆ ਉਹਨੂੰ ਭਰਮਾ ਨਹੀਂ ਸਕਦੀ ਸੱਚੇ ਸਾਹਿਬ ਮਨ ਮੰਨਿਆ ਸੱਚੇ ਸਾਹਿਬ ਨਾਲ ਜਿਹਦਾ ਮਨ ਮੰਨ ਗਿਆ ਹਰ ਸਾਹਿਬ ਨਿਰੰਤਰ ਜਾਂਦੇ ਆ ਉਹ ਵਾਹਿਗੁਰੂ ਨੂੰ ਸਾਰੇ ਪਾਸੇ ਜਾਣ ਲੈਂਦਾ ਸੋ ਵੀਰਲੇ ਪਦੇ ਵਿੱਚ ਸਤਿਗੁਰੂ ਜੀ ਦਇਆ ਕਰਦੇ ਨੇ ਸਭ ਜੀ ਤੇਰੇ ਦਇਆ ਨਾਲ ਇਹ ਦਇਆਵਾਨ ਵਾਹਿਗੁਰੂ ਸਾਰੇ ਜੀ ਅਸੀਂ ਤੇਰੇ ਹੀ ਆਪਣੀ ਆਪਣੇ ਭਗਤ ਕਰਾਂ ਪ੍ਰਤਪਾਲਣਾ ਪਰ ਪ੍ਰਤਪਾਲਣਾ ਬਹੁਤੇ ਪਿਆਰ ਨਾਲ ਉਹਨਾਂ ਦੀ ਹੁੰਦੀ ਹੈ ਜਿਹੜੇ ਉਹਦੀ ਭਗਤੀ ਕਰਦੇ ਹਨ ਜਿਹੜੇ ਉਹਦਾ ਕਹਿਣੇ ਮੰਨਦੇ ਹਨ ਜਿਹੜਾ ਸਤਸੰਗ ਪੁੱਤਰ ਆਪਣੇ ਪਿਓ ਦਾ ਕਹਿਣਾ ਮੰਨਦਾ ਉਹ ਸੁਤੇ ਸਿੱਧੇ ਸਾਰਾ ਮਨ ਫੜ ਜਾਂਦਾ ਨਾਲੇ ਪਿਓ ਦੀ ਖੁਸ਼ੀ ਪ੍ਰਾਪਤ ਕਰਦਾ ਪਿਓ ਦੇ ਪਿਆਰ ਦਾ ਨਿੱਘ ਮਾਣਦਾ ਤੇ ਜਿਹੜਾ ਕਹਿਣਾ ਨਹੀਂ ਮੰਨਦਾ ਹੈ ਉਹਨੂੰ ਜਾਇਦਾਦ ਤੋਂ ਵੀ ਬੇਦਖਲ ਹੋ ਜਾਂਦਾ ਉਹ ਤੇ ਉਹਦਾ ਨਿੱਘ ਨਹੀਂ ਮਾਣਦਾ ਪਿਆਰ ਵੀ ਨਹੀਂ ਮਾਣਦਾ ਕੋਲ ਬੈਠ ਕੇ ਉਹਦੇ ਦੁੱਖ ਵੀ ਨਹੀਂ ਸਿੱਖ ਸਕਦਾ ਜ਼ਿੰਦਗੀ ਜਿਉਣ ਦੀ ਸਾਰੇ ਪਾਸੇ ਖਾਲੀ 'ਚ ਰਹਿ ਜਾਂਦਾ ਇਸੇ ਤਰ੍ਹਾਂ ਜਿਹੜਾ ਗੁਰੂ ਦੇ ਕਹਿਣੇ ਅਨੁਸਾਰ ਤੁਰਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਯਾਦ ਰੱਖਦਾ ਸਤਿਗੁਰੂ ਦੀ ਕੁਰਬਾਨੀ ਨੂੰ ਯਾਦ ਰੱਖਦਾ ਹੈ ਤਾਂ ਸਤਿਗੁਰੂ ਉਹਦੇ 'ਤੇ ਦਇਆ ਕਰਕੇ ਉਹਨੂੰ ਆਪਣੇ ਕੋਲ ਰੱਖਦਾ ਹੈ ਉਹਦੀ ਪ੍ਰਤਪਾਲਣਾ ਕਰਦਾ ਹੈ ਸਵਾਸ ਜਿਵੇਂ ਮਹਾਂਪੁਰਖ ਦੀ ਕਰਦੀ ਆ ਜਦ ਤੇਰੀ ਵਡਿਆਈ ਤਾਂ ਸਤਿਗੁਰੂ ਜੀ ਕਹਿੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰੀ ਵਡਿਆਈ ਹੈਰਾਨ ਕਰਨ ਦੇਣ ਵਾਲੀ ਤੂੰ ਏਡੀ ਵਡਿਆਈ ਦਿੰਦਾ ਹੈ ਜੀਵ ਨੂੰ ਬਖਸ਼ ਵਡਿਆਈ ਹੁੰਦੀ ਹੈ ਦੁਨੀਆਂ ਦੇ ਲੋਕਾਂ ਨੂੰ ਦੇਣੀ ਦੁਨੀਆਂ ਦੇ ਵਿੱਚ ਵਡਿਆਈ ਦੇਣੀ ਧਨ ਦੇ ਦੇਣਾ ਅਹੁਦਾ ਦੇ ਦੇਣਾ ਅਤੇ ਪਦਾਰਥ ਦੇ ਦੇਣੇ ਧੀਆਂ ਪੁੱਤ ਦੇਣੇ ਇਹ ਵਡਿਆਈ ਹੈ ਬਖਸ਼ਿਸ਼ ਹੈ ਨਾਮ ਦਾਨ ਬਖਸ਼ਿਸ਼ ਕਰ ਦੇਣਾ ਬ੍ਰਹਮ ਗਿਆਨ ਦੇ ਦੇਣਾ ਵਾਹਿਗੁਰੂ ਦੇ ਦਰਸ਼ਨ ਕਰਾ ਦੇਣੇ ਇਹ ਬਖਸ਼ਿਸ਼ ਹੁੰਦੀ ਹੈ ਅਜਾਜ ਤੇਰੀ ਵਡਿਆਈ ਤੇਰੀ ਵਡਿਆਈ ਹੈਰਾਨ ਕਰਨ ਦੇਣ ਵਾਲੀ ਤੇਰੇ ਹੱਥ ਬਹੁਤ ਵੱਡੇ ਹਨ ਤੇਰਾ ਬਲ ਬਹੁਤਾ ਹੈ ਨਿਤ ਨਾਮਕ ਨਾਮ ਤੇ ਆਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਇਆ ਕਰਦੇ ਹਨ ਕਿ ਨਿਤ ਹਰ ਰੋਜ਼ ਮੈਨੂੰ ਇਹ ਗੁਰੂ ਰਾਮਦਾਸ ਗੁਰੂ ਪਿਤਾ ਨੇ ਦਾਨ ਦਿੱਤਾ ਕਿ ਨਿਤ ਨਾਮ ਨੂੰ ਧਿਆਉਣਾ ਜਪਣਾ ਜਪਣ ਤੋਂ ਬਾਅਦ ਜਿਵੇਂ ਰੋਟੀ ਖਾਧੀ ਹੋਈ ਹੈ ਜਿਹੜੀ ਇਹ ਆਪਣੇ ਆਪ ਹੀ ਲਹੂ ਬਣ ਜਾਂਦੀ ਹੈ ਸਿਰਫ ਸਾਨੂੰ ਮੂੰਹ ਦੇ ਵਿੱਚ ਪਾਉਣੀ ਪੈਂਦੀ ਹੈ ਅਤੇ ਅੱਗੇ ਸਰੀਰ ਆਪਣਾ ਕਰਮ ਆਪ ਕਰਨਾ ਅਸੀਂ ਰਸਨਾ ਨਾਲ ਨਾਮ ਜਪਣਾ ਹੈ
ਤੇ ਰੋਜ਼ ਸ਼ੌਕ ਨਾਲ ਲੱਗੇ ਰਹਿਣਾ ਹੈ, ਅੱਗੋਂ ਉਸਨੇ ਆਪੇ ਹੀ ਇਸ ਨੂੰ ਧਿਆਨ ਬਣਾ ਲਿਆ, ਆਪੇ ਧਿਆਨ ਬਣ ਲੈਣਾ, ਆਪੇ ਦਇਆ ਬਣ ਜਾਣੀ ਹੈ, ਆਪੇ ਇਹਨੇ ਸਿਮਰਨ ਬਣ ਜਾਣਾ, ਤੋ ਅਸੀਂ ਸ਼ੌਕ ਨਾਲ ਲੱਗੇ ਰਹਿਣਾ। ਸੋ ਕਰਕੇ ਦੇਖੀਏ ਭਗਤ ਕਬੀਰ ਜੀ ਕਹਿੰਦੇ, ਕਬੀਰ ਏਕ ਘੜੀ ਆਧੀ ਕਰੀ ਆਧੀ ਹੂੰ ਤੇ ਆਦ ਭਗਤਨ ਸਿੱਧੀ ਗੋਸ਼ਤੇ ਜੋ ਕੀ ਨੇ ਸਰਦਾਰ। 5 ਮਿੰਟ ਤੋਂ 6 ਮਿੰਟ ਤੋਂ ਸ਼ੁਰੂ ਕੀਤਾ, ਆਧੀ ਘੜੀ 24 ਮਿੰਟ ਦੀ ਹੁੰਦੀ ਤੇ ਚੌਥਾ ਹਿੱਸਾ ਆਧੀ ਜਿਹੜਾ ਹੈ ਘੜੀ ਦਾ ਉਹ 6 ਮਿੰਟ ਬਣਿਆ। ਜੇ 6 ਮਿੰਟ ਵੀ ਕੋਈ ਰੋਜ਼ ਕਰਦਾ ਸ਼ੌਕ ਦੇ ਨਾਲ ਲੱਗਿਆ ਰਹੇ 6 ਮਿੰਟ ਰੋਜ਼, ਸ਼ਰਾਬ ਹੈ, ਪਾਪ ਹਨ, ਵਿਕਾਰ ਹਨ, ਇਹ ਹੱਦ ਵਿੱਚ ਨਹੀਂ। ਜਿੰਨਾ ਝੂਠ ਬੋਲਦਾ, ਜਿਹਨੇ ਵਿਕਾਰ ਕਰਦਾ, ਇਹ ਹੱਦ ਵਿੱਚ ਨਹੀਂ। ਬਾਣੀ ਬੇਹੱਦ ਹੈ। ਜਦੋਂ ਬਾਣੀ ਆਪਾਂ ਰਸਨਾ ਦੇ ਵਿੱਚ ਲਿਆਵਾਂਗੇ, ਮਨ ਦੇ ਵਿੱਚ ਲਿਆਵਾਂਗੇ, ਜਿਹੜੀ ਬੇਹੱਦ ਚੀਜ਼ ਹੈ, ਜਿਹੜੀ ਬਲ ਵਾਲੀ ਚੀਜ਼ ਹੈ, ਉਹਦੇ ਕਮਜ਼ੋਰ ਚੀਜ਼ ਜਿੱਤ ਲੈਣਾ। ਬਾਣੀ ਤਾਕਤਵਰ ਹੈ, ਬਲ ਵਾਲੀ ਹੈ, ਸਾਰੀਆਂ ਕਮਜ਼ੋਰ ਚੀਜ਼ਾਂ ਦੇ ਅੱਗੇ ਹਾਰ ਜਾਣ। ਸੋ ਜਿੰਨੀਆਂ ਕਮਜ਼ੋਰ ਚੀਜ਼ਾਂ, ਜਿੰਨੇ ਪਾਪ ਨੇ, ਵਿਕਾਰ ਨੇ, ਬਾਣੀ ਅੱਗੇ ਹਾਰ ਜਾਣ, ਮੱਥਾ ਟੇਕ ਕੇ ਛੱਡ ਜਾਂਦੀਆਂ ਹਨ ਫਿਰ ਪਾਪ ਵਿਕਾਰ। ਸੋ ਗੁਰੂ ਦੀ ਸ਼ਰਨ ਲੈ ਕੇ ਇਹ ਆਸਰਾ ਲਈ ਮੇਰਾ ਕਰ ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਸਾਡੇ ਹਿਰਦੇ ਵਿੱਚ ਵਸੇ ਤੇ ਗੁਰੂ ਪਾਤਸ਼ਾਹ ਇਸ ਉਪਦੇਸ਼ ਨੂੰ ਕਮਾਉਣ ਲਈ ਸ਼ਹੀਦਾਂ ਦੇ ਸ਼੍ਰੋਮਣੀ ਬਲਬੁੱਧ ਬਖਸ਼ਣ ਨਾਰਾਇਣ ਦੇ ਸਭਨਾਂ ਦੀਆਂ ਹਾਲਤਾਂ ਪ੍ਰਵਾਨ ਕਰਨ, ਫੁੱਲਾਂ ਦਾ ਸੀ ਸੇਵਾ ਕਰ ਦੇਣੀ ਜੀ। ਆਪ ਦੇ ਦਾ ਕੇ ਆਸਰਮ ਜੀ ਗੁਰੂ ਚਰਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ।